ਜੇ ਮੇਰਾ ਭਾਈ ਅੰਗਰੇਜ਼ੀ ਜਾਣਦਾ ਜੇ ਮੇਰਾ ਭਾਈ ਅੰਗਰੇਜ਼ ਆ ਜੀ ਮੈਂ ਵੈਜੀਟੇਰੀਅਨ ਹਾਂ ਐਨੇ ਤੋਂ ਦਹੀਂ ਦੀ ਦੁਕਾਨ ਪਾਈ ਹੋਈ ਅੱਛਾ ਉਹ ਨਿੱਕੀਆਂ ਖੀਰ ਵਾਲੀਆਂ ਟੁੱਟੀਆਂ ਨਹੀਂ ਹੁੰਦੀਆਂ ਉਹਨਾਂ 'ਚ ਦਹੀਂ ਜਮਾ ਕੇ ਬੈਠਾ ਹੋਇਆ ਡੇਢ ਕਰੋੜ ਕਰੋੜਾਪਤੀ ਵੱਡੀਆਂ ਗੱਡੀਆਂ ਪਰਾਡੋ ਪਰਾਡੋ ਹੈ ਵੈਸੇ ਕਦੀ ਪਰਾਡੋ 'ਚ ਬੈਠੇ ਨਹੀਂ ਬੈਠਾ ਤਾਂ ਨਹੀਂ ਵੱਜਾਂ ਇੱਕ ਦੋ ਵਾਰਾਂ ਪਿਛਲੇ ਹਫ਼ਤੇ ਮੇਰੀਆਂ ਨਵੀਆਂ ਦੋ ਸੀੜੀਆਂ ਨਿਕਲੀਆਂ ਅੱਛਾ ਜੀ ਤੇ ਮੈਨੂੰ ਤੇਰੇ 'ਤੇ ਛੱਕ ਕੇ ਵੈਸੇ ਵੀ ਹੁਣ ਕੁੜੀਆਂ ਜੋ ਮੂੰਹ ਆਏ ਕਹੀ ਜਾਂਦੀਆਂ ਹੁਣ ਤੇ ਗਾਣੇ ਹੀ ਐਸੇ ਚੱਲ ਪਏ ਇੱਕ ਵਾਰੀ ਲੱਗ ਸੀਨੇ ਨਾਲ ਤੈਨੂੰ ਨਸ਼ਾ ਰਹੇਗਾ ਕਈ ਸਾਲ ਏਡੀ ਮੈਂ ਕਿਹਾ ਤੂੰ ਪਿੰਡੇ ਦੇ ਫੀਨ ਮਲ ਕੇ ਫਿਰਨੀ ਤੁਸੀਂ ਉਹ ਜਿਹੜੇ ਦੁੱਧ ਬਣ ਜਾਵਾਂਗੀ ਮਲਾਈ ਬਣ ਜਾਵਾਂਗੀ ਹਾਂਜੀ ਇਹਦਾ ਮਤਲਬ ਸਾਨੂੰ ਸਿਰਫ ਚੀਨੀ ਲਿਆਉਣੀ ਪੈਣੀ ਤੂੰ ਵੀ ਡਰ ਤੂੰ ਵੀ ਡਰ ਮੈਂ ਡਰਾਂਗਾ ਤਾਂ ਫਿਰ ਉਹ ਡਰ ਜਾਏਗੀ ਆਪਾਂ ਜੀ ਕਾਲੇ ਨਹੀਂ ਹੈਗੇ ਡਾਰਕ ਬਰਾਊਨ ਨੇ ਉਹਨੂੰ ਮੁਲਤਾਨ ਲੈ ਗਿਆ ਉਹ ਵੀ ਜੇ ਮੋਟਰ ਵੱਲੋਂ ਜਾ ਤੇ ਜੀਟੀ ਵੱਲੋਂ ਸਾਡਾ ਕੁਛ ਨੀ ਲੱਗਦਾ ਹੱਥ ਪਿੱਛੇ ਕਿਉਂ ਅੱਗੇ ਅੱਗ ਬਲਣੀ Oh, you like Red Bull? Yes. I'm sorry, I have Black Bull. ਬੇਈਮਾਨ ਕੌਣ 8 ਮਹੀਨੇ ਮੇਰੇ ਕੋਲ ਪੈਸੇ ਖਾਂਦਾ ਰਿਹਾ ਮੇਰੀ ਭੈਣ ਹਸਪਤਾਲ 'ਚ ਮੇਰੀ ਭੈਣ ਹਸਪਤਾਲ 'ਚ ਪਰ ਮੈਂ ਜਾ ਕੇ ਵੇਖਿਆ ਤਾਂ ਨਰਸ ਲੱਗੀ ਉੱਥੇ ਛੋਟਾ ਸਕੂਟਰ ਲਾਓ ਨਾ ਚਾਬੀ ਵਾਲਾ ਐਡਾ ਉੱਤੇ ਹਜੇ ਡਰਾਈਵਰ ਬੈਠਾ ਹੁੰਦਾ ਤੈਨੂੰ ਕੀ ਬਿਮਾਰੀ ਹੈ ਉਹ ਮਰੀਜ਼ ਕਹਿੰਦਾ ਡਾਕਟਰ ਸਾਹਿਬ ਮੈਨੂੰ ਠੰਡ ਬੜੀ ਲੱਗਦੀ ਉਹਨੂੰ ਦੋ ਸਵੈਟਰ ਲਿਖਦੇ ਸੀਨੇ ਠੰਡ ਪਾਵਾਂਗੀ ਤੇ ਕੀ ਦੇਵੇਗਾ ਏਡਾ ਤੂੰ ਫਲੂਦਾ ਲਾਇਆ ਪਹਿਲਾਂ ਉਹਨੇ ਮੈਨੂੰ ਪੁੱਠਾ ਲੰਮੇ ਪਾਇਆ ਫਿਰ ਸਿੱਧਾ ਲੰਮੇ ਪਾਇਆ ਇੰਸਪੈਕਟਰ ਨੂੰ ਗੁੱਸਾ ਆ ਗਿਆ ਕਹਿੰਦਾ ਪੁੱਠਾ ਵੀ ਹੋ ਜਾ ਸਿੱਧਾ ਵੀ ਹੋ ਜਾ